ਇਸ ਤਰ੍ਹਾਂ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ। ਸਾਰੇ ਆਪਸ 'ਚ ਭਰਾ ਹੈ ਅਤੇ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ ਨਾ ਅਸੀਂ ਕਦੇ ਤੋੜਨੀ ਹੈ ਅਤੇ ਇਹ ਬਰਕਰਾਰ ਰਹੇਗੀ। ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਹਿੰਦੂ, ਸਿੱਖ, ਮੁਸਲਿਮ, ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ। ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ। ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ। ਪਰ ਜਿਹੜਾ ਤੁਸੀਂ ਕੰਗਣਾ ਨੂੰ ਕਹਿੰਦੇ ਹੈ, ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾੜਨ ਦੀ ਲੋੜ ਨਹੀਂ ਹੈ। ਲੱਗ ਨਹੀਂ ਥੈਂਕ ਰਿਹਾ ਯੂ। ਕਿ ਕੰਗਣਾ ਤੋਂ ਲੇਕਰ, ਕਿਉਂਕਿ ਇੱਕ ਤਰਫ ਫਿਲਮ ਤੋਂ ਲੇਕਰ ਵੀ ਉਸਦਾ ਵਿਰੋਧ ਕੀਆ ਜਾ ਰਿਹਾ ਹੈ, ਐਮਰਜੈਂਸੀ ਫਿਲਮ ਹੈ, ਉਸਨੇ ਰੋਲ ਕੀਆ ਹੈ, ਉਸ ਤੋਂ ਲੇਕਰ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ। ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ SGPC ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪ੍ਰਵਾਨਗੀ ਲਈ ਜਾਵੇ, ਕਿਉਂਕਿ SGPC ਸਿੱਖਾਂ ਦੀ ਸਰਮੌਰ ਸੰਸਥਾ ਹੈ। ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ। ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਉਣੀ ਹੈ ਤਾਂ ਪਹਿਲਾਂ SGPC ਨੂੰ ਦਿਖਾਉਣ, ਉਹਦੇ 'ਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ SGPC ਦੇਖੇਗੀ। ਉੱਥੋਂ ਸਰਟੀਫਿਕੇਟ ਜ਼ਰੂਰੀ ਹੈ, ਜੇ ਉਹ ਸਰਟੀਫਿਕੇਟ ਮਿਲਦਾ ਹੈ ਫਿਰ ਉਹ ਦਿਖਾ ਲਏ। SGPC ਨੇ ਤਾਂ ਕੰਪਲੇਂਟ ਕੀ ਕੰਗਰਾ ਕੇ ਖਿਲਾਫ, ਕਹ ਰਹੇ ਕਿ ਮਾਮਲਾ ਦਰਜ ਹੋਣਾ ਚਾਹੀਏ ਇਸ ਪੇ। ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੋਂ ਬਾਅਦ ਨਾ ਅਸੀਂ ਚੱਲਣ ਦੇਣੀ ਹੈ ਫਿਲਮ ਅਤੇ ਨਾ ਹੀ ਚਲਾਉਣੀ ਚਾਹੀਦੀ। ਇਸ ਤਰ੍ਹਾਂ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ। ਸਾਰੇ ਆਪਸ 'ਚ ਭਰਾ ਹੈ ਅਤੇ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ ਨਾ ਅਸੀਂ ਕਦੇ ਤੋੜਨੀ ਹੈ ਅਤੇ ਇਹ ਬਰਕਰਾਰ ਰਹੇਗੀ। ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਹਿੰਦੂ, ਸਿੱਖ, ਮੁਸਲਿਮ, ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ। ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ। ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ। ਪਰ ਜਿਹੜਾ ਤੁਸੀਂ ਕੰਗਣਾ ਨੂੰ ਕਹਿੰਦੇ ਹੈ, ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾੜਨ ਦੀ ਲੋੜ ਨਹੀਂ ਹੈ। ਲੱਗ ਨਹੀਂ ਰਿਹਾ ਕਿ ਕੰਗਣਾ ਤੋਂ ਲੇਕਰ, ਕਿਉਂਕਿ ਇੱਕ ਤਰਫ ਫਿਲਮ ਤੋਂ ਲੇਕਰ ਵੀ ਉਸਦਾ ਵਿਰੋਧ ਕੀਆ ਜਾ ਰਿਹਾ ਹੈ, ਐਮਰਜੈਂਸੀ ਫਿਲਮ ਹੈ, ਉਸਨੇ ਰੋਲ ਕੀਆ ਹੈ, ਉਸ ਤੋਂ ਲੇਕਰ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ। ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ SGPC ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪ੍ਰਵਾਨਗੀ ਲਈ ਜਾਵੇ, ਕਿਉਂਕਿ SGPC ਸਿੱਖਾਂ ਦੀ ਸਰਮੌਰ ਸੰਸਥਾ ਹੈ। ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ। ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਉਣੀ ਹੈ ਤਾਂ ਪਹਿਲਾਂ SGPC ਨੂੰ ਦਿਖਾਉਣ, ਉਹਦੇ 'ਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ SGPC ਦੇਖੇਗੀ। ਉੱਥੋਂ ਸਰਟੀਫਿਕੇਟ ਜ਼ਰੂਰੀ ਹੈ, ਜੇ ਉਹ ਸਰਟੀਫਿਕੇਟ ਮਿਲਦਾ ਹੈ ਫਿਰ ਉਹ ਦਿਖਾ ਲਏ। SGPC ਨੇ ਤਾਂ ਕੰਪਲੇਂਟ ਕੀ ਕੰਗਰਾ ਕੇ ਖਿਲਾਫ, ਕਹ ਰਹੇ ਕਿ ਮਾਮਲਾ ਦਰਜ ਹੋਣਾ ਚਾਹੀਏ ਇਸ ਪੇ। ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੋਂ ਬਾਅਦ ਨਾ ਅਸੀਂ ਚੱਲਣ ਦੇਣੀ ਹੈ ਫਿਲਮ ਅਤੇ ਨਾ ਹੀ ਚਲਾਉਣੀ ਚਾਹੀਦੀ।